ਸਤਿਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਇੱਕ ਵਾਰ ਦੀ ਗੱਲ ਹੈ, ਬਾਬਾ ਜੀ ਸਾਧੂ ਰਾਮ ਜੀ ਨੂਰਪੁਰ ਏਰੀਏ ਦੇ ਵਿੱਚ ਗਏ। ਉੱਥੇ ਦਾ ਇੱਕ ਚੇਲਾ ਸੀ ਜਿਸਨੇ ਬਾਬਾ ਜੀ ਸਾਧੂ ਰਾਮ ਜੀ ਨੂੰ ਚਾਹ ਦੇ ਵਿੱਚ ਜ਼ਹਿਰ ਪਾ ਕੇ ਦੇ ਦਿੱਤਾ ਅਤੇ ਬਾਬਾ ਜੀ ਸਾਧੂ ਰਾਮ ਜੀ ਨੇ ਚਾਹ ਪੀਤੀ। ਕਹਿਣ ਲੱਗੇ ਕਿ ਭਗਤਾ, ਤੇਰੀ ਇਹ ਚਾਹ ਸਾਨੂੰ ਬਹੁਤ ਹੀ ਸਵਾਦ ਲੱਗੀ ਹੈ। ਜਦੋਂ ਇੰਨੀ ਗੱਲ ਬਾਬਾ ਜੀ ਨੇ ਕਹੀ ਤਾਂ ਉਸ ਚੇਲੇ ਦੇ ਸਰੀਰ ਨੂੰ ਇਸ ਤਰ੍ਹਾਂ ਹੋ ਗਿਆ ਜਿਸ ਤਰ੍ਹਾਂ ਅੱਗ ਲੱਗੀ ਹੁੰਦੀ ਹੈ ਅਤੇ ਚੇਲਾ ਹੱਥ ਜੋੜ ਕੇ ਬਾਬਾ ਜੀ ਸਾਧੂ ਰਾਮ ਜੀ ਦੇ ਅੱਗੇ ਅਰਜ਼ ਗੁਜ਼ਾਰਦਾ ਹੈ। ਧੰਨ ਹੈ ਬਾਬਾ ਸਾਧੂ ਤੇਰੀ ਧੰਨ ਕਮਾਈ ਜੀ, ਚਾਹ ਦੇ ਵਿੱਚ ਸੀ ਪਾ ਕੇ ਤੈਨੂੰ ਜ਼ਹਿਰ ਪੜਾਈ ਜੀ। ਕਿਹੜਾ ਤੇਰਾ ਸਾਈ ਬਿੰਗਾ ਨਾ ਹੋਇਆ ਮਾਲ ਜੀ, ਬਖਸ਼ ਦਿਓ ਪਾਪੀ ਨੂੰ ਬਾਬਾ ਸਾਧੂ ਰਾਮ 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 ਜੀ। ਕਰਮ ਨਹੀਂ ਬੁਰਾ ਕਿਸੇ
ਮੁਰਾ ਕਿਸੇ ਦਾ ਚਾਹੀਏ।